ਮੈਨੂੰ ਲੱਗਦਾ ਨਹੀਂ ਰੱਬ ਵੀ ਚਾਹੁੰਦਾ ਕਿ ਮੈਂ ਐਮਸਟਰਡਮ ਤੋਂ ਜਾਵਾਂ ਕਿਆ ਫਾਈਨਲੀ ਗਾਇਸ 2 ਘੰਟੇ ਦੀ ਵੇਟ ਕਰਕੇ ਮਸੀ ਫਲਾਈਟ 'ਚ ਆਏ ਆ ਪੇਟ ਪੂਜਾ ਕਰੀਏ ਮੇਰਾ ਤਾਂ ਢਿੱਡ ਗੜੂੰ ਗੜੂੰ ਕਰਨ ਲੱਗ ਪਿਆ ਚੂਹੇ ਮਾਰ ਕੇ ਢਿੱਡ ਦੇ ਲਿਸਬਨ ਦੇ ਵਿੱਚ ਆਪਾਂ ਝੰਡੇ ਗੜਦੇ ਆ ਪੁਰਤਗਾਲ ਤੇ Hey guys, welcome back to my YouTube channel. I hope you guys doing well. So, मित्रों सवेर दे बज गए 6 ते मैं पहुंच चुके हैं एयरपोर्ट क्योंकि आज अपना लास्ट डे है एम्स्टरडम दे विच बाय बाय एम्स्टरडम बहुत वधिया लगा मिलके मासड जी होना दा मैं ग्रेटफुल हां जो मैं इत्थे रहा थैंक्स टू हैरी थैंक्स टू मासड जी सो मेरे को जिद्दां हुण शंगन वीजा फिर मैं 26 कंट्रियां यूरोप च घूम सकदा सो हुण मैं चलना अज पुर्तगाल लिस्बन उत्थे भी अपने रिश्तेदार आ अपना भाजी नवी भाजी दसांझा तो उन्हां नूं मिलन चलना वा सो देखदे आ कि किदां रहिंदा एम्स्टरडम दा बड़ा घैंट टूर सीगा सो ब्लॉग दे नाल बने रहियो सबसक्राइब करना ना भुल्लियो स्टे ट्यून सिक्योरिटी मेरी हो गई है ते हुण मैं सिर्फ वेटिंग दे विच बैठा वा 5 मिंट तक अपनी बोर्डिंग स्टार्ट हो जाणी ओह जहाज लगा 17 तोड़ जाना जहाज मीह फेल लग गया इधर एक दिन भी नहीं हुआ ज्यादा मैं कि मीह ना पिया हो मौसम का कुछ नहीं पता पर रोड जिदा मर्जी जगह बड़ी घेंट लगी कोई नहीं साल बाद मार रहे हैं गेड़ा फिर तरक्की करके आवेंगे ये फायदा है इतने महंगा देश है उदा पर घेंट बहुत यह तो हूँ पंगा जहा ही पै गया फ्लाइट सी 7 बजे की हूँ इन्होंने मौसम करके डिले करती हूँ कहते 7:45 की हूँ पता नहीं 7:45 तोनी कि नहीं भुख लगी हूँ पहला खाने कुछ लभदा इतने लाइए 0 हूँ 7 €20 की एक ब्रैड तो एक ओरेंज जूस लिया हूँ गोरे बन जाना गोरे वाला खाना सवेर में लाइट लाइट बस हूँ फ्लाइट उठ जाए छेती छेती आ गोरे देख लो फ्लाइट लेट होगी तो लंच का बाउचर कट के देता फ्री चो फ्री भी कहता बिच पैसे ले होने पर फिर भी ख्याल तो रखते फूड बैवरेज वाउचर हूँ फिर अड्डा चेंज करना पैना पहला सिगा B19 हूँ C22 से जाना पैना फिर जाके उन्ना कि 2 घंटे पहला वेस्ट करते 2 घंटे का सफर अगे आ सवेर का मैं 4 बजे का उठाया पाया देखो हूँ हड़ा दिन वधिया गल पहला लभी है हूँ जाके C22 ਇਹ ਤਾਂ ਪੰਗਾ ਹੀ ਪੈ ਗਿਆ ਇੰਨੀ ਵਾਰ ਮੈਂ ਜਹਾਜ਼ 'ਚ ਆਇਆ 7-8 ਵਾਰ ਕਦੀ ਫਲਾਈਟ ਕੈਂਸਲ ਨਹੀਂ ਹੋਈ ਅਤੇ ਹੁਣ ਈਮੇਲ ਵੀ ਕਿਸੇ ਬੰਦੇ ਨੇ ਟਿਕਟ ਕਰਾਈ ਆ ਉਹਨੂੰ ਕੋਈ ਈਮੇਲ ਆਈ ਨਹੀਂ ਹੁਣ ਇੱਥੇ ਪਹਿਲਾਂ ਏਅਰ ਪੁਰਤਗਾਲ ਦਾ ਅੱਡਾ ਲੱਭਣਾ ਪੈਣਾ ਕਿੱਥੇ ਹੈਲਪ ਸੈਂਟਰ ਮੈਂ ਪਾਗਲਾਂ ਕੋ ਘੁੰਮੀ ਜਾਂਦਾ ਦੇ ਦਾਣ ਅੱਜਲ ਹੋ ਗਿਆ ਅੱਜ ਤਾਂ ਚੱਲ ਕੋਈ ਨਹੀਂ ਇਹ ਵੀ ਲਾਈਫ ਦਾ ਪਾਰਟ ਆ ਜਿੱਥੇ ਮਹਾਰਾਜ ਰੱਖਦਾ ਆ ਹੁਣ ਇੱਕ ਫਲਾਈਟ ਮਿਲੀ ਆ 1:40 ਦੀ ਬਾਕੀ ਦੇਖੋ ਜੇ ਇਹ ਉੜ ਗਿਆ ਠੀਕ ਨਹੀਂ ਤਾਂ ਮੈਂ ਘਾਨੂੰ ਚਲ ਜਾਣਾ ਆ ਤਾਂ ਦਿਮਾਗ ਖਰਾਬ ਕਰਤਾ ਇਹਨਾਂ ਦਾ ਹੁਣ ਵੀ 2 ਘੰਟੇ ਬੈਠਣਾ ਪੈਣਾ 11:15 ਹੋ ਗਏ ਉਹੀ 2 ਵਜਾ ਦੇਣੇ 1:40 ਦੇ ਇਹਨਾਂ ਨੇ ਜਾ ਕੇ ਹੁਣ ਰਾਤ ਨੂੰ ਪਹੁੰਚਣਾ ਪੁਰਤਗਾਲ ਇੱਦਾਂ ਸਵਾਗਤ ਹੋਣਾ ਮੇਰਾ ਹੁਣ ਸੋਵਾਂ ਦੇ ਭੁੱਖ ਲੱਗ ਗਈ ਕੋਈ ਖਾਵਾਂ ਫਾਈਨਲੀ ਗਾਇਸ 2 ਘੰਟੇ ਦੀ ਵੇਟ ਕਰਕੇ ਮਸੀ ਫਲਾਈਟ 'ਚ ਆਏ ਹਾਂ ਹੁਣ ਗਾਂ ਜਾ ਕੇ ਦੇਖਦਾ ਕੀ ਕੀ ਬਣਦਾ ਇੱਥੋਂ ਨਿਕਲੀਏ ਛੇਤੀ ਹੁਣ 2 ਘੰਟੇ ਲੱਗ ਗਏ ਗਾਇਸ ਫਾਈਨਲੀ ਲਿਸਬਨ ਦੇ ਵਿੱਚ ਆਪਾਂ ਝੰਡੇ ਗੜਦੇ ਆ ਪੁਰਤਗਾਲ ਤੇ ਹੁਣ ਭਾਜੀ ਨੇ ਆਪਣਾ ਇੱਕ ਬੰਦਾ ਭੇਜਣਾ ਉਹਨੇ ਮੈਨੂੰ ਇੱਥੇ ਟ੍ਰੇਨ 'ਚ ਚੜਾ ਕੇ ਫਿਰ ਮੈਂ ਭਾਜੀ ਕੋਲ ਜਾਣਾ ਵਾ ਨਾਲ ਜਾਂਦਾ ਆਇਆ ਇੱਥੇ ਟ੍ਰੇਨ 'ਚ ਵੀ ਨਹੀਂ ਬੈਠਾ ਹੁਣ ਟ੍ਰੇਨਾਂ ਦੇ ਸਫ਼ਰ ਵੀ ਕਰਦੇ ਆ ਜਹਾਜ਼ ਜਿੱਤਾ ਕਰ ਲਏ ਬਹੁਤ ਬਰਗਰ ਕਿੰਗ ਭੁੱਖ ਬੜੀ ਲੱਗੀ ਸੀ ਪਹਿਲਾਂ ਪੇਟ ਪੂਜਾ ਕਰੀਏ ਮੇਰਾ ਤਾਂ ਢਿੱਡ ਗੜੂੰ ਗੜੂੰ ਕਰਨ ਲੱਗ ਪਿਆ ਚੂਹੇ ਮਾਰ ਕੇ ਢਿੱਡ ਦੇ ਆਹ ਪੀ ਕੇ ਫਿਰ ਤੁਰਦੇ ਹਾਂ ਅੱਗੇ ਨੂੰ ਵਤਨਾ ਨੂੰ ਉਹ ਵੀ ਮਿੱਤਰੋ ਪੁਰਤਗਾਲ ਲਿਸਬਨ ਦਾ ਰੇਲਵੇ ਸਟੇਸ਼ਨ ਦੇਖੋ ਹੁਣ ਇੱਦਾਂ ਹੀ ਟ੍ਰੇਨ 'ਚ ਜਾਣਾ ਸੰਤਾਰਾਮ ਅਜੇ ਕਹਿਣਾ ਨਹੀਂ ਆਉਂਦਾ ਸੰਤਾਰਾਮ ਸੰਤਰੀਆ ਪਤਾ ਨਹੀਂ ਕੀ ਆ ਉੱਥੇ ਜਾਣਾ ਮੈਂ ਇੱਥੋਂ ਲੱਗ ਜਾਣੇ 45 ਮਿੰਟ ਲਿਸਬਨ ਸ਼ਹਿਰ ਤੋਂ
ਆਂਦੇ ਹੀ ਆ ਗਏ ਆ ਪੁਰਤਗਾਲ ਦੇ ਵਿੱਚ ਸਟੋਰ ਦੇ ਵਿੱਚ ਜਦੋਂ ਮੈਂ ਹੋਲੈਂਡ ਆਇਆ ਸੀ ਉਦੋਂ ਵੀ ਸਟੋਰ 'ਚ ਆ ਕੇ ਸੌਦਾ ਪੱਤਾ ਲੈਣ ਆਏ ਆ ਭਾਜੀ ਹੁਣੀ ਲੱਗੇ ਵਾ।